ਗੁਰ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਆਪਾਂ ਆਤਮਾਉਤਮ ਪੂਰਨ ਵਿਸ਼ਾ ਗੁਰਮਤ ਨਾਮ ਸਿਮਰਨ ਦੀ ਵਿਚਾਰ ਕਰ ਰਹੇ ਹਾਂ ਮੇਰੇ ਸਮਝ ਨਾਲ ਇਸ ਕੋਲ ਵਸਤੇ ਇਹ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ ਲੇਕਿਨ ਇਸ ਵਿਸ਼ੇ ਦੇ ਵਿੱਚ ਵੀ ਦੋ ਬੜੇ ਮਹੱਤਵਪੂਰਨ ਪੜਾਅ ਨੇ ਹੋਰ ਮਹੱਤਵਪੂਰਨ ਪੜਾਅ ਨੇ ਪਹਿਲਾ ਤੇ ਸੀ ਇਹ ਸਮਝ ਲੈਣਾ ਕਿ ਨਾਮ ਹੈ ਕੀ ਉਸੇ ਪਹਿਲਾਂ ਵਿਚਾਰ ਚੁੱਕੇ ਆ ਤੇ ਦੂਸਰਾ ਅੱਜ ਜਿਹੜਾ ਸੀ ਵਿਚਾਰਨ ਲੱਗੇ ਆ ਸਾਨੂੰ ਸਤਿਗੁਰੂ ਨੇ ਬਾਣੀ ਰਾਹੀਂ ਸਮਝਾਇਆ ਕਿ ਨਾਮ ਧੰ ਜਿਹੜਾ ਹੈ ਕੇਵਲ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਔਰ ਕੋ ਦੂਜਾ ਸੋਰਸ ਨਹੀਂ। ਅੱਜ ਅਸੀਂ ਸਮਝਾਂਗੇ ਗੁਰੂ ਕੋਲੋਂ ਇਹ ਨਾਮ ਧੰ ਕਿਵੇਂ ਪ੍ਰਾਪਤ ਹੁੰਦਾ ਹੈ। ਆ ਪਿਛਲੇ ਪੜਾਅ ਦੇ ਵਿੱਚ ਅਸੀਂ ਵਿਚਾਰਿਆ ਸੀ ਕੇ ਨਾਮ ਸਿਮਰਨ ਦਾ ਮਤਲਬ ਬੰਦਗੀ ਕਰਨ ਦਾ ਮਤਲਬ ਇਹ ਜਿੰਨੇ ਵੀ ਸਿਨੋਨਿਮਸ ਵਰਡਸ ਨੇ ਇਹਨਾਂ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਹਿਰਦੇ 'ਚ ਵਸਾਉਣਾ ਅਸਲ ਮਕਸਦ ਜਿਹੜਾ ਹੈ ਉਹ ਪਰਮਾਤਮਾ ਨੂੰ ਹਿਰਦੇ 'ਚ ਵਸਾਉਣਾ ਪਰਮਾਤਮਾ ਦਾ ਨਾਮ ਹਿਰਦੇ 'ਚ ਵਸਾਉਣਾ ਹੈ ਅੱਜ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਕੋਲੋਂ ਇਹ ਅਮੋਲਕ ਨਾਮ ਤਨ ਕਿਵੇਂ ਪ੍ਰਾਪਤ ਹੁੰਦਾ ਹੈ ਇਹਨਾਂ ਲਈ ਸਮਾਂ ਲੱਗੇ ਕਿ ਕਿ ਨਾਮ ਸਾਡੇ ਹਿਰਦੇ ਚ ਕਿਵੇਂ ਵਸੇਗਾ ਜਿਹੜਾ ਮਕਸਦ ਹੈ ਅਸਲੀ ਕਿ ਨਾਮ ਹਿਰਦੇ ਚ ਵਸਾਉਣਾ ਹੈ ਅੱਜ ਤਾਂ ਪਹਿਲਾ ਪ੍ਰਮਾਣ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਜਿਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਬਿਕ ਮਾਇਆ ਚਿਤ ਮੋਗਿਆ ਪਾਈ ਚਤਰਾਈ ਪਤ ਖੋਏ ਚਿਤ ਮੈਂ ਠਾਕੁਰ ਸੱਚ ਵਸਿਆ ਪਾਈ ਜੇ ਗੁਰ ਗਿਆਨ ਸਮੋਏ ਬਿਕ ਮਾਇਆ ਜ਼ਹਿਰ ਰੂਪੀ ਮਾਇਆ ਹੁਣ ਜ਼ਹਿਰ ਜਿਹੜੀ ਹੈ ਮੌਤ ਦੇਣ ਵਾਲੀ ਚੀਜ਼ ਹੈ ਔਰ ਇਹ ਮਾਇਆ ਉਹ ਚੀਜ਼ ਹੈ ਜਿਹੜੀ ਸਲਵਾਰ ਮੁੱਛ ਮੌਤ ਦਿੰਦੀ ਹੈ ਜਿਉਂਦੇ ਵੀ ਪਤਾ ਨਹੀਂ ਕਿੰਨੀ ਵਾਰੀ ਜ਼ਿੰਦਗੀ ਚ ਬਰਨੇ ਆਤਮਿਕ ਤੌਰ ਦੇ ਉੱਤੇ ਲੇਕਿਨ ਇਹਦਾ ਪ੍ਰਭਾਵ ਇਹੋ ਜਿਹਾ ਹੈ ਇਹਦਾ ਰੂਪ ਇਹੋ ਜਿਹਾ ਹੈ ਕਿ ਮਨੁੱਖ ਦਾ ਚਿੱਤ ਜਿਹੜਾ ਹੈ ਇਹ ਮੋਹ ਲੈਂਦੀ ਹੈ ਮਾਇਆ ਜ਼ਹਿਰ ਰੂਪੀ ਮਾਇਆ ਮਨੁੱਖ ਦਾ ਚਿੱਤ ਜਿਹੜਾ ਇਹਦੇ ਵਿੱਚ ਉਲਝਿਆ ਰਹਿੰਦਾ ਹੈ ਨਤੀਜਾ ਕੀ ਹੁੰਦਾ ਹੈ ਕਿ ਆਪਣੀਆਂ ਚਤਰਾਈਆਂ ਨਾਲ ਆਪਣੀਆਂ ਸਿਆਣਪਾਂ ਦੇ ਨਾਲ ਪਤ ਖੋਏ ਚਤਰਾਈ ਪਤ ਖੋਏ ਆਪਣੀ ਇੱਜ਼ਤ ਗਵਾ ਲੈਂਦਾ ਹੈ ਚਿੱਤ ਮੈਂ ਠਾਕੁਰ ਸਤਵਸੈ ਭਾਈ ਅਸਲ ਤੇ ਵਿੱਚ ਤੇ ਚਿੱਤ ਦੇ ਵਿੱਚ ਅਸੀਂ ਪਰਮਾਤਮਾ ਦਾ ਨਾਮ ਵਸਾਉਣਾ ਸੀ ਪਰਮਾਤਮਾ ਨੂੰ ਵਸਾਉਣਾ ਸੀ ਲੇਕਿਨ ਚਿੱਤ ਜਿਹੜਾ ਮੋਇਆ ਪਿਆ ਮਾਇਆ ਦੇ ਵਿੱਚ ਲੇਕਿਨ ਸੱਚਮੁੱਚ ਸਦਾ ਲਈ ਪ੍ਰਮਾਤਮਾ ਕਿਵੇਂ ਸਾਡੇ ਹਿਰਦੇ 'ਚ ਵਸੇਗਾ ਸਾਡੇ ਚਿੱਤ 'ਚ ਵਸੇਗਾ ਚਿਤਮੈ ਠਾਕੁਰ ਸੱਚ ਵਸੇ ਭਾਈ ਜੀ ਗੁਰ ਗਿਆਨ ਸਮੋਏ ਜੇ ਗੁਰੂ ਦਾ ਗਿਆਨ ਲੈ ਲਵਾਂਗੇ ਤੇ ਜੇ ਗੁਰ ਗਿਆਨ ਸਮੋਏ ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ ਇਕੱਠਾ ਕਰ ਲਿਆ ਜੇ ਆਪਣੇ ਚਿੱਤ ਨੂੰ ਗੁਰੂ ਦੇ ਗਿਆਨ ਦੇ ਵਿੱਚ ਜੋੜ ਲਿਆ ਕਿ ਸਰ ਜਾਣੋਂ ਚਿੱਤ ਦੇ ਵਿੱਚ ਠਾਕਰ ਵਸ ਜਾਏਗਾ ਪਰਮਾਤਮਾ ਵਸ ਜਾਏਗਾ ਹੁਣ ਸਤਿਗੁਰ ਤੇ ਇਹ ਤਰੀਕਾ ਦੱਸ ਰਹੇ ਨੇ ਅਸੀਂ ਆਮ ਤੌਰ ਤੇ ਜਿਹੜਾ ਤਰੀਕਾ ਵਰਤ ਰਹੇ ਹਾਂ ਕਿਸੇ ਇੱਕ ਲਫ਼ਜ਼ ਨੂੰ ਲੈ ਕੇ ਉਹਨੂੰ ਬਾਰ-ਬਾਰ ਰਟਣਾ ਔਰ ਕਿਹਾ ਜਾ ਰਿਹਾ ਜੀ ਇਸ ਨਾਲ ਪਰਮਾਤਮਾ ਹਿਰਦੇ ਚ ਵਸੇਗਾ ਉਹ ਦੁਨੀਆ ਕਹਿ ਰਹੀ ਹੈ ਇਹ ਸਤਿਗੁਰੂ ਕਹਿ ਰਹੇ ਨੇ ਅਸੀਂ ਆਪ ਸਭ ਇਹ ਸਹੀ ਫੈਸਲਾ ਕਰਨਾ ਹੈ ਕਿ ਅਸੀਂ ਗੁਰੂ ਦੇ ਕਹਿ ਮੁਤਾਬਕ ਚੱਲਣਾ ਹੈ ਜਾਂ ਕਿਸੇ ਮਨੋਕਦ ਕੇ ਮਤਬਕ ਚੱਲ ਰਹੇ ਹੈ ਯਾ ਕਿ ਜੋ ਪੁਰਾਣੇ ਪਰਚਲਤ ਗੱਲਾਂ ਚੱਲ ਰਹੀਆਂ ਨੇ ਉਹਦੇ ਮੁਤਾਬਕ ਹੀ ਕਰੀ ਜਾਂ ਭੇਟਚਾਲ ਕਰੀ ਜਾਣੀ ਹੈ ਅਜਦਾ ਦੂਸਰਾ ਪਰਮਾਨੰ ਗੁਰੂ ਅਮਰਦਾਸ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿਸ ਵਿੱਚ ਤੀਸਰੇ ਨਾਨਕ ਬਖਸ਼ਿਸ਼ ਕਰਦੇ ਨੇ ਗੁਰਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖੋ ਉਰਤਾਰ ਗੁਰਬਾਣੀ ਵਰਤੀ ਜਗੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ ਗੁਰ ਸੇਵਾ ਤੇ ਕਰਨੀ ਸਾਰ ਗੁਰੂ ਦੀ ਸੇਵਾ ਨਾਲ ਪਾਪ ਗੁਰੂ ਦੇ ਹੁਕਮ ਅnder ਚੱਲ ਕੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਕਰਨੀ ਸਾਰ ਸਾਡੇ ਕਰਮ ਸਾਡੀ ਕਰਨੀ ਉੱਚੀ ਹੋ ਜਾਂਦੀ ਹੈ। ਸ਼੍ਰੇਸ਼ਟ ਬਣ ਜਾਂਦੀ ਹੈ ਸਭ ਤੋਂ ਚੰਗੀ ਬਣ ਜਾਂਦੀ ਹੈ। ਰਾਮ ਨਾਮ ਰੱਖੋ ਉਰਤਾਰ। ਪਰਮਾਤਮਾ ਦਾ ਨਾਮ ਹਿਰਦੇ ਚ ਵਸਾ ਕੇ ਰੱਖੋ। ਹੁਣ ਕਿਵੇਂ ਹਿਰਦੇ ਚ ਵਸਿਆ ਜਾ ਗੁਰਬਾਣੀ ਵਰਤੀ ਜਾਗੇ ਅੰਤਰ ਸਤਿਗੁਰੂ ਨੇ ਸੰਸਾਰ ਦੇ ਉੱਤੇ ਜਾਗ ਉੱਤੇ ਗੁਰਬਾਣੀ ਪ੍ਰਗਟ ਕੀਤੀ ਹੈ ਇਹ ਗੁਰਬਾਣੀ ਜਦੋਂ ਸਾਡੇ ਹਿਰਦੇ 'ਚ ਜਾਏਗੀ ਸਾਡੇ ਹਿਰਦੇ 'ਚ ਵਰਤੇਗੀ ਇਸ ਬਾਣੀ ਤੇ ਹਰ ਨਾਮ ਪਾਇੰਦਾ ਇਸ ਬਾਣੀ ਤੋਂ ਨਾਮ ਪ੍ਰਾਪਤ ਹੋਏਗਾ ਗੁਰਬਾਣੀ ਰਾਈ ਨਾਮ ਪ੍ਰਾਪਤ ਹੋਏਗਾ ਇਸੇ ਕਰਕੇ ਸਤਿਗੁਰੂ ਨੇ 5871 ਸ਼ਬਦਾਂ ਦਾ 1429 ਸ਼ਬਦ ਤੇ ਆਪਣਿਆਂ ਦਾ ਖਜ਼ਾਨਾ ਸਾਡੇ ਵਾਸਤੇ ਤਿਆਰ ਕਰ ਦਿੱਤਾ ਆਮ ਤੌਰ ਤੇ ਕੀ ਆ ਜਾਂਦਾ ਜੀ ਗੁਰਬਾਣੀ ਪੜਨੀ ਵੀ ਠੀਕ ਹੈ ਲੇਕਿਨ ਅਸਲ ਗੱਲ ਤੇ ਸਿਮਰਨ ਕਰਨਾ ਤੇ ਫਿਰ ਸਿਮਰਨ ਕਰਨ ਦਾ ਮਤਲਬ ਇਹ ਦੱਸਿਆ ਜਾਂਦਾ ਇੱਕ ਲਫ਼ਜ਼ ਨੂੰ ਰਟਣਾ ਸ਼ੁਰੂ ਕਰ ਦਿਓ ਬੋਲਿਓ ਥੋੜਾ ਜਿਆ ਸੋਚ ਕੇ ਵੇਖੋ ਜੇ ਇੱਕ ਲਫ਼ਜ਼ ਰਟਣਾ ਹੀ ਇੰਨਾ ਮਹੱਤਵਪੂਰਨ ਸੀ ਤੇ ਸਤਗੁਰੂ ਨੂੰ 5871 ਸ਼ਬਦਾਂ ਦਾ ਖਜ਼ਾਨਾ ਤਿਆਰ ਕਰਨ ਦੀ ਕੀ ਲੋੜ ਸੀ 1429 ਪੰਨੇ ਗੁਰਬਾਣੀ ਤਿਆਰ ਕਰਨ ਦੀ ਕੀ ਲੋੜ ਸੀ ਪੂਰਾ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਦੀ ਕੀ ਲੋੜ ਸੀ ਦੋ ਚਾਰ ਪੰਨਿਆਂ 'ਚ ਸਿਰਫ ਇੰਨਾ ਹੀ ਲਿਖ ਦਿੰਦੇ ਵੀ ਆਹ ਇੱਕ ਸ਼ਬਦ ਦਾ ਰਟਨ ਕਰੀ ਜਾਓ ਤੁਹਾਡਾ ਜੀਵਨ ਸਫਲਾ ਹੋ ਜਾਏਗਾ ਇਤਨਾ ਖਜ਼ਾਨਾ ਸਾਨੂੰ ਇਸੇ ਕਰਕੇ ਤਿਆਰ ਕਰਕੇ ਦਿੱਤਾ ਹੈ ਕਿਉਂਕਿ ਗੁਰਬਾਣੀ ਵਰਤੀ ਜਾਗੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ ਇਸ ਬਾਣੀ ਤੋਂ ਨਾਮ ਸਾਡੇ ਹਿਰਦੇ 'ਚ ਵਸਣਾ ਅਜਦਾ ਤੀਸਰਾ ਪਰਮਾਨੰਵੀ ਗੁਰੂ ਅਮਰਦਾਸ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਪੰਡਾਰਾ ਹਰ ਨਾਮ ਧਨ ਨਿਰਮਲ ਪ੍ਰਮਾਤਮਾ ਦਾ ਨਾਮ ਧਨ ਨਿਰਮਲ ਹੈ ਪਵਿੱਤਰ ਹੈ ਅਤ ਬਹੁਤ ਵੱਡਾ ਖਜ਼ਾਨਾ ਹੈ ਅਪਾਰਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ ਕਦੇ ਨਾ ਮੁੱਕ ਲੋਲਾ ਤਾਲ ਨੇ ਜਿਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿੰਨਾ ਵੱਡਾ ਹੈ ਨਾਮ ਧੰਨ ਨਿਰਮਲ ਅਤਪਾਰ ਇਹ ਮੋਲਕ ਤਾਂ ਸਾਨੂੰ ਕਿਵੇਂ ਪ੍ਰਾਪਤ ਹੋਏਗਾ ਗੁਰ ਕਾਹ ਸ਼ਬਦ ਪਰੇਪੰਡਾਰਾ ਗੁਰੂ ਦੇ ਸ਼ਬਦ ਰਾਈ ਇਹ ਪੰਡਾਰ ਭਰੇ ਜਾ ਸਕਦੇ ਨੇ ਅਸੀਂ ਵੀ ਆਪਣੇ ਜੀਵਨ ਨੂੰ ਅਮੀਰ ਕਰ ਸਕਨੇ ਆ ਇਸ ਨਾਮ ਧੰਨ ਨਾਲ ਕਿਵੇਂ ਗੁਰੂ ਦੇ ਸ਼ਬਦ ਰਾਈ ਗੁਰਬਾਣੀ ਰਾਈ ਮਿਲਦਾ ਨਾਮ ਗੁਰੂ ਦੀ ਬਾਣੀ ਦੇ ਉੱਤੇ ਜਿਸ ਲੈ ਜੀਵਨ ਨੂੰ ਢਾਲ ਲਵਾਂਗੇ ਗੁਰੂ ਦੀ ਬਾਣੀ ਅਨੁਸਾਰ ਆਪਣੇ ਕਰਮਾਂ ਨੂੰ ਢਾਲ ਲਵਾਂਗੇ ਤਾਂ ਹੀ ਇਨਾਮ ਤੱਕ ਮਿਲਣਾ ਹੈ ਤਾਂ ਕਿਤੇ ਦੇ ਚਵਸੇਕ ਮਿਰਣੀ ਸਤਗੁਰ ਦਾ ਨਿਰਮਾ ਹੈ ਔਰ ਜਿਤਨੇ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ